ਸ੍ਰੀ ਦਰਬਾਰ ਸਾਹਿਬ ਚ ਲਹਿਰਾਉਣ ਲੱਗੇ ਬਸੰਤੀ ਨਿਸ਼ਾਨ ਸਾਹਿਬ। ਕੇਸਰੀ ਦੀ ਥਾਂ ਨਿਸ਼ਾਨ ਸਾਹਿਬ ਤੇ ਚੜਾਏ ਬਸੰਤੀ ਪੁਸ਼ਾਕੇ। ਅਰਦਾਸ ਉਪਰੰਤ ਮਰਿਆਦਾ ਸਹਿਤ ਕੀਤੀ ਸ਼ੁਰੂਆਤ। ਜੀ ਹਾਂ, ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਕੇਸਰੀ ਦੀ ਥਾਂ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆ ਰਹੇ ਨੇ, ਕਿਉਂਕਿ ਅਰਦਾਸ ਉਪਰੰਤ ਤੇ ਮਰਿਆਦਾ ਰਹਿਤ ਇੱਥੇ ਵੀ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਦਲ ਦਿੱਤੇ ਗਏ ਨੇ। SGPC ਦੇ ਵੱਲੋਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਏ ਸਨ, ਗੁਰੂ ਘਰਾਂ ਦੇ ਲਈ ਜਿੱਥੇ ਨਿਸ਼ਾਨ ਸਾਹਿਬ ਦੇ ਰੰਗ ਬਦਲਣ ਦੇ ਆਦੇਸ਼ ਦਿੱਤੇ ਗਏ ਸਨ, ਤਾਂ ਇੱਥੇ ਕੇਸਰੀ ਦੀ ਥਾਂ ਬਸੰਤੀ ਜਾਂ ਸੁਰਮਈ ਨੀਲੇ ਨਿਸ਼ਾਨ ਸਾਹਿਬ ਲਹਿਰਾਉਣ ਦੇ ਆਦੇਸ਼ ਦਿੱਤੇ ਸਨ। ਤਾਂ ਇਸ ਦੇ ਚੱਲਦਿਆਂ ਹੁਣ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਹੋ ਚੁੱਕੀ ਹੈ, ਜਿੱਥੇ ਅਰਦਾਸ ਉਪਰੰਤ ਨਿਸ਼ਾਨ ਸਾਹਿਬ ਦੇ ਕੇਸਰੀ ਪੁਸ਼ਾਕੇ ਉਤਾਰ ਕੇ ਬਸੰਤੀ ਪੁਸ਼ਾਕੇ ਚੜ੍ਹਾਏ ਗਏ ਨੇ। ਪੂਰੀ ਮਰਿਆਦਾ ਸਹਿਤ ਇੱਥੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਚੜ੍ਹਾਏ ਗਏ ਨੇ ਅਤੇ ਹੁਣ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੀ ਸੰਗਤ ਇਹਨਾਂ ਬਸੰਤੀ ਝੂਲਦੇ ਹੋਏ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਵੀ ਕਈ ਗੁਰੂ ਘਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਸੁਰਮਈ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਵੀ ਆ ਰਹੇ ਨੇ। ਤਾਂ ਹੁਣ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਸੰਗਤ ਨਤਮਸਤਕ ਹੁੰਦੀ ਹੈ, ਤੇ ਇੱਥੇ ਵੀ ਨਿਸ਼ਾਨ ਸਾਹਿਬ ਦਾ ਰੂਪ ਬਦਲਿਆ ਨਜ਼ਰ ਆ ਰਿਹਾ ਹੈ, ਜਿੱਥੇ ਹੁਣ ਕੇਸਰੀ ਦੀ ਥਾਂ ਬਸੰਤੀ ਨਿਸ਼ਾਨ ਸਾਹਿਬ ਝੂਲ ਰਹੇ ਨੇ। ਮੇਰਾ ਨਾਮ ਸੁਖਵਿੰਦਰ ਸਿੰਘ ਹੈ। ਮੈਂ ਨਿਸ਼ਾਨ ਸਾਹਿਬ ਪੁਸ਼ਾਕੇ ਬਣਾਉਣ ਦਾ ਪੁਰਾਤਨ ਪੀੜ੍ਹੀ ਦਰ ਪੀੜ੍ਹੀ ਕੰਮ ਕਰਦੇ ਆ ਰਹੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਅਤੇ ਮੈਨੇਜਰ ਸ੍ਰੀ ਦਰਬਾਰ ਸਿੰਘ ਦੇ ਸਹਿਯੋਗ ਨਾਲ ਅੱਜ ਬਸੰਤੀ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਆਰੰਭਤਾ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਸਾਰੇ ਗੁਰਦੁਆਰਿਆਂ ਦੇ ਅੰਦਰ ਨਿਸ਼ਾਨ ਸਾਹਿਬ ਬਸੰਤੀ ਚਲਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੋ ਹੁਕਮ ਅਕਾਲ ਤਖ਼ਤ ਸਾਹਿਬ ਦਾ ਹੋਇਆ ਹੈ, ਉਸ ਮੁਤਾਬਕ ਹੀ ਅਸੀਂ ਬਸੰਤੀ ਰੰਗ ਨੂੰ ਤਿਆਰ ਕਰਾਵਾਂਗੇ ਅਤੇ ਅੱਗੋਂ ਆਉਣ ਵਾਲੇ ਦਿਨਾਂ ਵਿੱਚ ਇਤਿਹਾਸਿਕ ਗੁਰਦੁਆਰੇ ਜਾਂ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਦੇ ਵਿੱਚ ਬਸੰਤੀ ਰੰਗ ਦੇ ਹੀ ਨਿਸ਼ਾਨ ਸਾਹਿਬ ਦੇ ਪਿਛਾਕੇ ਚੜ੍ਹਾਏ ਜਾਣਗੇ। ਲਗਭਗ 10 ਮੀਟਰ ਤੋਂ ਲੈ ਕੇ ਅਤੇ 100 ਮੀਟਰ ਤੱਕ ਇੱਕ ਨਿਸ਼ਾਨ ਸਾਹਿਬ ਦੇ ਕੱਪੜੇ ਦੀ ਲਾਗਤ ਆਉਂਦੀ ਹੈ। ਭੇਟਾ ਛੋਟੇ ਨਿਸ਼ਾਨ ਸਾਹਿਬ ਦੀ 250 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਭੇਟਾ ਚੱਲਦੀ ਆ, ਪਰ ਉਹ ਜਿਹੜੀ ਭੇਟਾ ਉਹ ਵੱਖਰੇ ਵੱਖਰੇ ਸਾਈਜ਼ ਮੁਤਾਬਕ ਹੁੰਦੀ ਹੈ। ਸਮਾਂ ਇੱਕ ਦਿਨ ਦੇ ਵਿੱਚ 10 ਤੋਂ 12 ਨਿਸ਼ਾਨ ਸਾਹਿਬ ਤਿਆਰ ਕੀਤੇ ਜਾਂਦੇ ਹਨ ਅਤੇ ਵੱਖ ਵੱਖ ਗੁਰਦੁਆਰਿਆਂ ਦੀ ਚੜ੍ਹਾਈ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖ਼ਤ ਦਾ ਹੁਕਮ ਆਇਆ ਸੀਗਾ ਬਈ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ 'ਤੇ ਅਤੇ ਬਸੰਤੀ ਰੰਗ ਚੜ੍ਹਾਉਣਾ, ਉਹ ਅਸੀਂ ਪਾਲਣਾ ਕਰ ਰਹੇ ਹਾਂ। ਸਾਡੇ ਹਿੱਸੇ ਸੇਵਾ ਆਈ ਹੈ ਅਤੇ ਪੰਥ ਨੂੰ ਅਸੀਂ ਕਿਰਪਾ ਕਰਨੀ ਚਾਹੁੰਦੇ ਹਾਂ ਬਈ ਫੈਸਲਾ ਮੰਨਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਜੀ ਆਪਣੇ ਆਪ ਨੂੰ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੋਈ ਹੈ, ਕਿਰਪਾ ਦੇ ਸਾਡੇ ਭਾਗਾਂ 'ਚ ਸਾਨੂੰ ਸੇਵਾ ਮਿਲੀ। ਅਸੀਂ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਆਪ। ਹਾਂ, ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਜੀ, ਸੰਗਤ ਨੂੰ ਮੰਨਣਾ ਚਾਹੀਦਾ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਫਰਮਾਨ ਆਉਂਦੇ ਆ ਸਾਰੀ ਸਹਿਯੋਗ ਸੰਗਤ ਨੂੰ ਵੱਧ ਤੋਂ ਵੱਧ ਉਹਦਾ ਸਹਿਯੋਗ ਕਰਨਾ ਚਾਹੀਦਾ। ਬਿਲਕੁਲ ਜੀ, ਅਕਾਲ ਤਖ਼ਤ ਦਾ ਜੋ ਹੁਕਮ ਹੈ ਸਾਰੇ ਸਮੁੱਚੀ ਪੰਥ ਨੂੰ, ਸਭ ਤੋਂ ਰੂਹਾਨੀਅਤ ਦਾ ਕੇਂਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਅਤੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਹੁਕਮ ਹੈ ਉਹ ਸੰਗਤ ਨੂੰ ਮੰਨਣੇ ਚਾਹੀਦੇ।